ਸੜਕ ਤੇ ਖਿਲਰ ਗਿਆ ਬੇਬੇ ਦਾ ਪੈਕ ਕੀਤਾ ਹੋਇਆ ਟਿਫਨ। ਨੌਜਵਾਨ ਗਾਣੇ ਸੁਣਦੇ ਸੁਣਦੇ ਰਾਹ ਤੇ ਜਾ ਰਹੇ ਸੀ। ਰਾਹ ਦੇ ਵਿੱਚ ਗੱਡੀ ਜਿਹੜੀ ਹੈ ਉਸਦਾ ਟਾਇਰ ਫਟ ਗਿਆ ਤੇ ਦੇਖੋ ਫਿਰ ਕੀ ਹਾਲ ਹੋ ਗਿਆ ਹੈ। ਤਾਂ ਬੇਹੱਦ ਮੰਦਭਾਗਾ ਇਹ ਹਾਦਸਾ ਵਾਪਰਿਆ ਹੈ। ਤਿੰਨ ਨੌਜਵਾਨ ਇਸ ਲੁਧਿਆਣੇ ਨੰਬਰ ਦੀ ਗੱਡੀ 'ਚ ਜਲੰਧਰ ਤੋਂ ਲੁਧਿਆਣੇ ਆ ਰਹੇ ਸੀ। ਰਾਹ ਦੇ ਵਿੱਚ ਤੇਜ਼ ਰਫ਼ਤਾਰ ਹੋਣ ਕਰਕੇ ਇਹਨਾਂ ਦੀ ਗੱਡੀ ਦਾ ਟਾਇਰ ਫਟ ਗਿਆ। ਦਰਅਸਲ ਗਰਮੀਆਂ ਸ਼ੁਰੂ ਹੋ ਗਈਆਂ ਨੇ, ਟਾਇਰ ਦੇ ਵਿੱਚ ਗਰਮੀ ਵਧਣ ਦੇ ਕਾਰਨ ਹਵਾ ਭਰਨੀ ਸਟਾਰਟ ਹੋ ਜਾਂਦੀ ਹੈ, ਜਿਸ ਕਰਕੇ ਗੱਡੀ ਤੇਜ਼ ਹੋਵੇ ਤਾਂ ਟਾਇਰ ਫਟ ਵੀ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਨਾਲ ਵੀ ਵਾਪਰਿਆ, ਇਹਨਾਂ ਦੀ ਗੱਡੀ ਦਾ ਟਾਇਰ ਫਟਦਾ ਹੈ, ਜਿਸ ਤੋਂ ਬਾਅਦ ਗੱਡੀ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੀਆਂ ਕਲਾਬਾਜ਼ੀਆਂ ਖਾ ਜਾਂਦੀ ਹੈ, ਜਿਸ ਕਰਕੇ ਗੱਡੀ ਦੇ ਬ੍ਰੇਕ ਸ਼ੂ ਤੱਕ ਬਾਹਰ ਆ ਜਾਂਦੇ ਨੇ, ਡਿਸਕ ਪੈਡ ਬਾਹਰ ਆ ਜਾਂਦੇ ਨੇ ਅਤੇ ਗੱਡੀ ਦਾ ਟਾਇਰ ਫਟ ਕੇ ਕਈ ਮੀਟਰ ਦੂਰ ਜਾ ਕੇ ਡਿੱਗਦਾ ਹੈ। ਜਿਸ ਤੋਂ ਬਾਅਦ ਜਿਹੜੇ ਤਿੰਨ ਨੌਜਵਾਨ ਖੁਸ਼ੀ ਖੁਸ਼ੀ ਆਪਣੇ ਘਰੋਂ ਬੇਬੇ ਦੇ ਹੱਥੋਂ ਬਣਾਇਆ ਹੋਇਆ ਟਿਫਨ ਪੈਕ ਕਰਾ ਕੇ ਲਿਆਏ ਸੀ ਉਹ ਖਿਲਰ ਜਾਂਦਾ ਹੈ। ਨੌਜਵਾਨ ਗਾਣੇ ਸੁਣ ਰਹੇ ਹੁੰਦੇ ਨੇ, ਗਾਣੇ ਬੰਦ ਹੋ ਜਾਂਦੇ ਨੇ ਅਤੇ ਇੱਕਦਮ ਚੀਕ ਚਿਹਾੜਾ ਪੈ ਜਾਂਦਾ ਹੈ, ਕਿਉਂਕਿ ਤਿੰਨੇ ਨੌਜਵਾਨ ਇਸ ਹਾਦਸੇ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ। ਉਹਨਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਦਰਅਸਲ ਇਹ ਹਾਦਸਾ ਫਲੋਰ ਦੇ ਟੋਲ ਨੇੜੇ ਵਾਪਰਿਆ, ਜਿੱਥੇ ਇਹ ਤੇਜ਼ ਰਫ਼ਤਾਰ ਦੇ ਨਾਲ ਆ ਰਹੇ ਸੀ, ਅਚਾਨਕ ਗੱਡੀ ਦਾ ਟਾਇਰ ਫਟ ਜਾਂਦਾ ਹੈ, ਜਿਸ ਕਰਕੇ ਗੱਡੀ ਦੀਆਂ ਕਲਾਬਾਜ਼ੀਆਂ ਪੈ ਜਾਂਦੀਆਂ ਨੇ। ਗੱਡੀ ਕਈ ਵਾਰ ਪਲਟੇ ਖਾਂਦੀ ਹੈ, ਜਿਸ ਤੋਂ ਬਾਅਦ ਗੱਡੀ ਵੀ ਨੁਕਸਾਨੀ ਗਈ ਅਤੇ ਵਿੱਚ ਬੈਠੇ ਤਿੰਨੇ ਮੁੰਡੇ, ਹਾਲਾਂਕਿ ਉਹਨਾਂ ਦੀ ਜਾਨ ਤਾਂ ਬਚ ਗਈ ਹੈ ਪਰ ਸੱਟਾਂ ਇੰਨੀਆਂ ਜ਼ਿਆਦਾ ਲੱਗੀਆਂ ਨੇ ਕਿ 2 ਮਹੀਨੇ ਬਿਸਤਰ ਤੋਂ ਨਹੀਂ ਉੱਠਦੇ। ਪਰ ਬੇਹੱਦ ਇਹ ਮੰਦਭਾਗਾ ਹਾਦਸਾ ਵਾਪਰਿਆ ਫਲੋਰ ਦੇ ਨੇੜੇ, ਸਵੇਰੇ ਕਰੀਬ 7 ਵਜੇ ਵਾਪਰਿਆ ਹੈ। ਰਾਹਗੀਰਾਂ ਦਾ ਕੀ ਕਹਿਣਾ ਹੈ ਆਓ ਸੁਣ। ਮੈਂ ਸਰ ਸੋਇਆ ਥਾ ਗਾੜੀ ਮੈਂ ਮੁਝੇ ਪਤਾ ਨਹੀਂ ਚਲਾ ਇਧਰ ਗਾੜੀ ਬਜ ਗਈ ਫਿਰ ਮੈਂ ਉੱਠਾ ਤਾਂ ਗਾੜੀ ਪਲਟੀ ਸੀ। ਕੌਣ ਸੀ ਗਾੜੀ ਸੀ? ਇਹ ਛੋਟੀ ਗਾੜੀ ਜੋ ਇਧਰ ਖੜੀ ਹੈ। ਕਿਸ ਮੇ ਬਜੀ? ਇਹ ਇਸ ਪਿਲਰ ਮੇ ਬਜੀ ਯਹਾਂ ਪੇ। ਪਿਲਰ ਮੇ ਬਜ ਕੇ ਪਲਟ ਗਈ? ਜੀ ਜੀ ਜੀ। ਕੀ ਟਾਇਰ ਕੋ ਪੈਂਚਰ ਹੋ ਗਿਆ ਥਾ? ਕੀ ਪਤਾ ਉਹ ਲੜਕੇ ਦਾ ਕਹਿਣਾ ਹੈ ਕਿ ਟਾਇਰ ਨਿਕਲ ਆਇਆ। ਟਾਇਰ ਨਿਕਲ ਗਿਆ ਜੀ। ਕਿੰਨੇ ਸਮਾਂ ਥਾ? ਇਸ ਮੇ ਸਵੇਰ 7 ਵਜੇ ਟਾਇਰ। ਉਹ ਜੀ ਗੱਡੀ ਜਿਹੜੀ ਆ ਲੁਧਿਆਣਾ ਤੋਂ ਜਲੰਧਰ ਸਾਈਡ ਜਾ ਰਹੀ ਸੀ, ਜਿਹਦਾ ਕਿ ਟਾਇਰ ਪਲਟਣ ਕਾਰਨ ਇਹਨਾਂ ਕਰਕੇ ਸੰਤੁਲਨ ਖਰਾਬ ਹੋ ਗਿਆ ਕਿ ਉਹ ਪਲਟੀ ਖਾਂਦੀ ਫੁੱਟਪਾਥ ਨੇ ਜਾ ਵੱਜੀ, ਜਿਸਦੇ ਵਿੱਚ ਜੀਵਨੀ ਚੌਧਰੀ ਸਾਨੂੰ ਵੀਰ ਚੌਕ ਮਾਰ ਸੀਗੇ ਤੇ ਉਹਨਾਂ ਦਾ ਐਕਸੀਡੈਂਟ ਹੋਣ ਕਰਕੇ ਜ਼ਿਆਦਾ ਸੱਟਾਂ ਹੋਣ ਕਾਰਨ ਉਹਨਾਂ ਦਾ DMC ਲੁਧਿਆਣਾ ਰੈਫਰ ਕੀਤੇ ਸੀ। ਦੂਸਰਾ ਜਿਹੜਾ ਹੈ ਜੋ ਉੱਥੇ ਸੱਟਾਂ ਜਾ ਰਹੀ ਲੱਗੇ ਉਹਦੇ ਘੱਟ ਸੱਟਾਂ ਲੱਗਣ ਕਾਰਨ ਹਸਪਤਾਲ ਦਾਖਲ ਹੈ, ਸਿਵਲ ਹਸਪਤਾਲ ਫਲੋਰ 'ਚ। ਠੀਕ ਹੈ ਜੀ, ਕੀ ਕਾਰਨ ਹੋਇਆ? ਅਗਲੀ ਕਾਰਵਾਈ ਹੋਣੀ, ਇਸੇ ਜਾਣਗੇ ਆਪਣੇ ਮੌਕੇ ਤੇ ਜਾਣਗੇ, ਮੌਕੇ ਦੇਖ ਕੇ ਕਾਰਵਾਈ ਕਰਨਗੇ।